ਵਕਤ ਅਸੀਂ ਖੜੇ ਹਾਂ ਜਗਤਪੁਰਾ ਦੇ ਵਿੱਚ, ਤੁਸੀਂ ਦੇਖ ਸਕਦੇ ਹੋ ਕਿ ਸਾਰਾ ਬਾਜ਼ਾਰ ਬਿਲਕੁਲ ਖਾਲੀ ਪਿਆ ਹੈਗਾ ਅਤੇ ਗੱਡੀਆਂ ਜੋ ਹੈਗੀਆਂ ਨੇ ਉਹ ਲਗਾਤਾਰ ਅਨਾਊਂਸਮੈਂਟ ਹੋ ਰਹੀ ਹੈ ਉੱਥੋਂ ਕਰੋਨਾ ਵਾਇਰਸ ਦੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ, ਦੱਸਿਆ ਜਾ ਰਿਹਾ। ਇਸ ਜਗ੍ਹਾ ਦੇ ਉੱਤੇ ਕੱਲ੍ਹ ਇੱਕ ਕਰੋਨਾ ਪੋਜ਼ਿਟਿਵ ਦਾ ਕੇਸ ਮਿਲਿਆ ਸੀ, ਹਾਲਾਂਕਿ 12 ਬੰਦਿਆਂ ਨੂੰ ਡਿਟੇਨ ਕੀਤਾ ਗਿਆ ਸੀ ਜੋ ਅਥਾਰਟੀਜ਼ ਹੈਗੀਆਂ ਨੇ ਮੋਹਾਲੀ ਦੀਆਂ ਉਹਨਾਂ ਵੱਲੋਂ, ਅਤੇ ਉਹਨਾਂ ਦੇ ਵਿੱਚੋਂ ਇੱਕ ਦਾ ਜੋ ਕਰੋਨਾ ਦਾ ਕੇਸ ਸੀ ਉਹ ਪੋਜ਼ਿਟਿਵ ਆਇਆ ਸੀ। ਤੁਸੀਂ ਦੇਖ ਸਕਦੇ ਹੋ ਸਾਰਾ ਕੁਛ ਬਿਲਕੁਲ ਹੀ ਸੀਲ ਕਰ ਦਿੱਤਾ ਗਿਆ, ਅਤੇ ਇਸ ਜਗ੍ਹਾ ਦੇ ਉੱਤੇ ਜੋ CRPF ਹੈਗੀ ਆ ਉਹਦੀ ਵੀ ਇੱਕ ਕੰਪਨੀ ਲਾਈ ਆ, ਮੇਰੇ ਖੱਬੇ ਹੱਥ CRPF ਦੀ ਬੱਸ ਤੁਸੀਂ ਖੜੀ ਦੇਖ ਰਹੇ ਹੋ, ਇਹ ਐਗਜ਼ਿਟ ਹੈਗੀ ਆ, ਇੱਥੋਂ ਅੰਦਰ ਆਇਆ ਜਾ ਸਕਦਾ ਬਾਹਰ ਜਾ ਸਕਦਾ ਇਸ ਥਾਂ ਦੇ ਉੱਤੋਂ, ਅਤੇ ਇਹ ਸਾਰਾ ਰਸਤਾ ਸੀਲ ਕੀਤਾ ਗਿਆ, ਬੰਦ ਕੀਤਾ ਗਿਆ, ਰਸਤੇ ਲਾਏ ਗਏ ਨੇ, ਬੈਰੀਕੇਡ ਲਾਏ ਗਏ ਨੇ, ਅਤੇ ਇੱਕ ਬਕਾਇਦਾ ਬੱਸ ਖੜੀ ਕੀਤੀ ਗਈ ਹੈ। ਤੁਸੀਂ ਦੇਖ ਸਕਦੇ ਹੋ ਕਿ ਜੋ ਇੱਥੇ ਇੰਪਲਾਈਜ਼ ਹੈਗੇ ਨੇ ਉਹ CRPF ਦੇ ਤੁਹਾਡੇ ਸਾਹਮਣੇ ਹੈਗੇ ਨੇ, ਹਥਿਆਰਬੰਦ ਜੋ ਪਰਸੋਨਲ ਹੈਗੇ ਨੇ CRPF ਦੇ ਉਹ ਨਾਲ ਖੜੇ ਨੇ, ਰਾਤ ਤੋਂ ਇਹਨਾਂ ਦਾ ਪਹਿਰਾ ਲਗਾ ਦਿੱਤਾ ਗਿਆ ਉਰੇ, ਕਿਉਂਕਿ ਇਹ ਇੱਕ ਸਲੰਮ ਏਰੀਆ ਹੈਗਾ ਅਤੇ ਇੱਥੇ ਲੋਕਾਂ ਨੂੰ ਜਿਹੜਾ ਰਾਸ਼ਨ ਹੈਗਾ ਉਹ ਵੀ ਲਾਈਨਾਂ 'ਚ ਲੱਗ ਕੇ ਲੈਣਾ ਪੈ ਰਿਹਾ। ਸੋ ਇੱਥੇ ਬਹੁਤ ਜ਼ਿਆਦਾ ਕਮੀ ਸੀ ਇਸ ਚੀਜ਼ ਦੀ ਕਿ ਲੋਕਾਂ ਨੂੰ ਇਹਦੇ ਬਾਰੇ ਜ਼ਿਆਦਾ ਸਾਵਧਾਨੀ ਨਹੀਂ ਸੀ, ਨਾ ਉਹਨਾਂ ਕੋਲ ਪੂਰੇ ਜਿਹੜੇ ਗੇਅਰ ਸੀਗੇ ਇੱਥੋਂ ਪ੍ਰਿਕੋਸ਼ਨ ਦੇ ਉਹ ਸੀਗੇ, ਦਸਤਾਨੇ ਜਾਂ ਜੋ ਮਾਸਕ ਸੀ ਲੋਕਾਂ ਦੇ ਪਾਏ ਨਹੀਂ ਸੀ ਹੋਏ। ਥੋੜ੍ਹੇ ਦਿਨ ਪਹਿਲਾਂ ਵੀ ਅਸੀਂ ਇੱਕ ਖਬਰ ਇੱਥੋਂ ਚਲਾਈ ਸੀ ਕਿ ਲੋਕ ਇਸ ਚੀਜ਼ਾਂ ਦਾ ਖਿਆਲ ਨਹੀਂ ਰੱਖ ਰਹੇ ਹੈਗੇ ਨੇ। ਮੇਰੇ ਨਾਲ ਇਸ ਵਕਤ ਇੱਥੇ ਡਿਊਟੀ 'ਤੇ ਮੌਜੂਦ ਹੈਗੇ ਨੇ ਸਬ ਇੰਸਪੈਕਟਰ ਸਾਹਿਬ, ਇਹਨਾਂ ਨਾਲ ਆਪਾਂ ਗੱਲ ਕਰਦੇ ਹਾਂ। ਹਾਂਜੀ ਸਰ, ਕੀ ਹਾਲ ਨੇ ਜੀ ਇੱਥੇ ਤੋਂ? ਨਹੀਂ, ਹੁਣ ਸਾਰਾ ਹੀ ਸੀਲ ਕੀਤਾ ਹੋਇਆ ਹੈ, ਜਿੱਥੇ ਕੋਈ ਨਾ ਅੰਦਰੋਂ ਬਾਹਰ ਜਾ ਸਕਦਾ ਨਾ ਬਾਹਰ ਦਾ ਕੋਈ ਅੰਦਰ ਆ ਸਕਦਾ, ਉਸ ਨਾਲ ਦੀ CRPF ਲਾਈ ਹੋਈ ਹੈ। ਅਤੇ ਜਿਹੜੇ ਲੋਕਾਂ ਨੂੰ ਸਰ ਰਾਸ਼ਨ ਵਗੈਰਾ ਦੀ ਚਾਹੀਦਾ ਹੈਗਾ ਉਹਨਾਂ ਵਾਸਤੇ ਕੀ ਪ੍ਰਬੰਧ ਕੀਤੇ ਗਏ? ਜਿਹੜਾ ਰਾਸ਼ਨ ਆ ਉਹ ਇਹਨਾਂ ਦਾ ਮੁਹੱਈਆ ਕਰਾਇਆ ਜਾ ਰਿਹਾ ਪ੍ਰਸ਼ਾਸਨ ਵੱਲੋਂ, ਇਹਨਾਂ ਦੇ ਪੂਰੇ ਪਾਣੀ ਵਗੈਰਾ ਸਾਰਾ ਪ੍ਰਬੰਧ ਕੀਤਾ ਜਾ ਰਿਹਾ। ਅਤੇ ਦੁਕਾਨਾਂ ਵਗੈਰਾ ਜਿਵੇਂ ਦੁੱਧ ਦੀ ਹੋ ਗਈ ਜਾਂ ਗਰੋਸਰੀ ਰਾਸ਼ਨ ਦੀਆਂ, ਉਹ ਸਾਰੀਆਂ ਬੰਦ ਨੇ ਟੋਟਲ? ਨਹੀਂ, ਸਾਰੀ ਇੱਥੇ ਦੁਕਾਨਾਂ ਬਹੁਤ ਸਾਰੀਆਂ ਬੰਦ ਨੇ, ਜੋ ਬਾਹਰ ਤੋਂ ਰਾਸ਼ਨ ਆ ਰਿਹਾ ਉਹ ਹੀ ਪ੍ਰੋਵਾਈਡ ਕਰਵਾਇਆ ਜਾ ਰਿਹਾ। ਇੱਥੇ ਬਾਹਰੋਂ ਸਾਰੀਆਂ ਐਂਟਰੀਆਂ ਬੰਦ ਕਰ ਦਿੱਤੀਆਂ ਗਈਆਂ ਨੇ ਐਂਟਰੀ, ਬਾਕੀ ਕੋਈ ਵੀ ਲੋਕਲ ਬੰਦਾ ਨਹੀਂ ਨਾ ਬਾਹਰ ਜਾ ਸਕਦਾ ਨਾ ਬਾਹਰ ਦਾ ਕੋਈ ਅੰਦਰ ਆ ਸਕਦਾ। ਸੋ ਤੁਸੀਂ ਸੁਣਿਆ ਕਿ ਇੰਸਪੈਕਟਰ ਸਾਹਿਬ ਨੇ ਇਹ ਕਿਹਾ ਕਿ ਸਾਰਾ ਇਲਾਕਾ ਬਿਲਕੁਲ ਸੀਲ ਕਰ ਦਿੱਤਾ ਗਿਆ, ਕੋਈ ਵੀ ਇੱਥੇ ਆ ਨਹੀਂ ਰਿਹਾ ਜਾ ਨਹੀਂ ਰਿਹਾ, ਬਾਹਰੋਂ ਜਿਹੜੇ ਲੋਕ ਆਉਂਦੇ ਨੇ ਉਹਨਾਂ ਵਾਸਤੇ ਬਿਲਕੁਲ ਮਨਾਹੀ ਕਰ ਦਿੱਤੀ ਹੈ, ਲਗਾਤਾਰ ਅਨਾਊਂਸਮੈਂਟ ਹੋ ਰਹੀ ਹੈ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ, ਲੋਕ ਇਸ ਚੀਜ਼ ਦਾ ਖਿਆਲ ਰੱਖਣ ਕਿ ਜੋ ਸੋਸ਼ਲ ਡਿਸਟੈਂਸਿੰਗ ਹੈਗੀ ਹੈ ਉਹ ਉਹਨਾਂ ਨੇ ਉਹਦੇ ਉੱਤੇ ਪੂਰਾ ਖਿਆਲ ਰੱਖਣਾ ਹੈਗਾ, ਇਕੱਠੇ ਨਹੀਂ ਹੋਣਾ, ਗੈਦਰਿੰਗ ਨਹੀਂ ਹੋਣੀ ਚਾਹੀਦੀ ਕਿਸੇ ਵੀ ਤਰ੍ਹਾਂ ਦੀ, ਤਾਂ ਕਿ ਇਹ ਕਿਸੇ ਨੂੰ ਅਗਰ ਇਨਫੈਕਸ਼ਨ ਹੈਗੀ ਹੈ ਤਾਂ ਉਹ ਜ਼ਿਆਦਾ ਫੈਲ ਨਾ ਸਕੇ ਅਤੇ ਉਹ ਹੋਰ ਬੰਦਿਆਂ ਨਾਲ ਨੁਕਸਾਨ ਨਾ ਕਰ ਸਕੇ। ਜਗਤਪੁਰਾ ਇੱਕ ਸਲੰਮ ਏਰੀਆ ਹੈਗਾ ਜਿੱਥੇ ਕਿ ਜੋ ਲੇਬਰ ਕਲਾਸ ਦੇ ਲੋਕ ਨੇ ਉਹ ਰਹਿੰਦੇ ਹੈਗੇ ਨੇ, ਤਕਰੀਬਨ ਇੱਥੇ 3 ਤੋਂ 4 ਹਜ਼ਾਰ ਦੀ ਆਬਾਦੀ ਹੈਗੀ ਹੈ, ਪਰੰਤੂ ਇਹ ਲੋਕ ਬਹੁਤ ਗਰੀਬ ਹੈਗੇ ਨੇ। ਸੋ ਇਸ ਕਰਕੇ ਇਹ ਬੜੀ ਸੰਭਾਵਨਾ ਬਣੀ ਹੋਈ ਸੀ ਕਿ ਇਸ ਚੀਜ਼ ਦੀ ਕਿ ਇਸ ਜਗ੍ਹਾ ਦੇ ਉੱਤੇ ਅਗਰ ਕੋਈ ਇਨਫੈਕਸ਼ਨ ਹੋਗੀ ਤਾਂ ਨੁਕਸਾਨ ਜ਼ਿਆਦਾ ਹੋਏਗਾ, ਪਰੰਤੂ ਹੁਣ ਸਾਰਾ ਕੁਝ ਸੰਭਾਲ ਲਿਆ ਗਿਆ ਹੈਗਾ, ਜਿਹੜੀਆਂ ਅਥਾਰਟੀਜ਼ ਹੈਗੀਆਂ ਉਹਨਾਂ ਵੱਲੋਂ ਬਕਾਇਦਾ ਸਾਰੀ ਸੀਲਬੰਦੀ ਕੀਤੀ ਗਈ ਹੈ, ਇੱਥੇ ਬਕਾਇਦਾ ਪੰਜਾਬ ਪੁਲਿਸ ਵੀ ਇੱਥੇ ਡਿਪਲੋਏ ਕੀਤੀ ਗਈ ਹੈ ਅਤੇ ਨਾਲ CRPF ਦੀ ਜਿਹੜੀ ਕੰਪਨੀਆਂ ਹੈਗੀਆਂ ਨੇ ਉਹਨਾਂ ਨੇ ਸਾਰਾ ਕੰਟਰੋਲ ਆਪਣੇ ਹੱਥ ਦੇ ਵਿੱਚ ਲੈ ਲਿੱਤਾ ਹੈ, ਸਾਰਾ ਸ਼ਹਿਰ ਇਸ ਵਕਤ ਬਿਲਕੁਲ ਸੀਲ ਹੈ। ਕੈਮਰਾਮੈਨ ਸੁਨੀਲ ਦੇ ਨਾਲ ਸੁਸ਼ੀਲ ਗਰਚਾ, ਦੈਨਿਕ ਸਵੇਰਾ, ਜਗਤਪੁਰਾ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।